ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅਵਤਾਰ ਅਨੰਦਪੁਰੀ। ਸੋ ਤੁਸੀਂ ਵੇਖ ਰਹੇ ਹੋ ਪੰਜਾਬੀ ਟੱਚ ਟੀ ਵੀ ਲਾਈਵ। ਸੋ ਦੋਸਤੋ, ਜਿਸ ਤਰੀਕੇ ਦੇ ਨਾਲ ਗਰਮੀ ਦਾ ਮਾਹੌਲ, ਗਰਮੀ ਹੌਲੀ ਹੌਲੀ ਗਰਮਾਉਂਦੀ ਜਾ ਰਹੀ ਆ, ਤਪਸ ਵੱਧਦੀ ਜਾ ਰਹੀ ਆ, ਉਸ ਤਰੀਕੇ ਦੇ ਨਾਲ ਸਿਆਸੀ ਅਖਾੜੇ ਵੀ ਨੇ ਜਿਹੜੇ ਉਹ ਵੀ ਗਰਮ ਹੋਏ ਪਏ ਨੇ ਪੂਰੇ। ਹਰ ਜਿਹੜਾ ਉਮੀਦਵਾਰ ਆ ਉਹ ਆਪੋ ਆਪਣੀ ਜਿੱਤ ਦੇ ਦਾਅਵੇ ਵੋਟਰਾਂ ਦੇ ਸਾਹਮਣੇ ਜਿਤਾਉਂਦੇ ਨਜ਼ਰ ਆ ਰਹੇ ਨੇ। ਸੋ ਜਿਨ੍ਹਾਂ ਦੇ ਵਿੱਚ ਅਸੀਂ ਦੇਖ ਲਈਏ ਕਈ ਹੌਟ ਸੀਟਾਂ ਨੇ, ਉਹਨਾਂ ਦੇ ਵਿੱਚ ਇੱਕ ਲੁਧਿਆਣੇ ਦੀ ਵੀ ਹੌਟ ਸੀਟ ਆ, ਜਿਹਦੇ ਵਿੱਚ ਕਾਂਗਰਸ ਪਾਰਟੀ ਤੋਂ ਰਵਨੀਤ ਬਿੱਟੂ ਜੀ ਖੜ੍ਹੇ ਨੇ, ਔਰ ਅਕਾਲੀ ਭਾਜਪਾ ਤੋਂ ਮਹੇਸ਼ ਇੰਦਰ ਗਰੇਵਾਲ ਜੀ ਖੜ੍ਹੇ ਨੇ, ਔਰ ਪੀ ਡੀ ਏ ਤੋਂ ਸਿਮਰਜੀਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਤੋਂ ਪ੍ਰੋਫੈਸਰ ਤੇਜਪਾਲ ਸਿੰਘ ਜੀ, ਇਹਨਾਂ ਤੋਂ ਇਲਾਵਾ ਹੋਰ ਵੀ ਚੋਣ ਮੈਦਾਨ ਦੇ ਵਿੱਚ ਨੇ। ਸੋ ਸਾਰੇ ਉਮੀਦਵਾਰ ਨੇ ਜਿਹੜੇ ਆਪੋ ਆਪਣੀ ਜਿੱਤ ਦਾ ਦਾਅਵਾ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ, ਪਰ ਇਹ ਤਾਂ ਹੁਣ 23 ਤਰੀਕ ਨੂੰ ਹੀ ਪਤਾ ਲੱਗੇਗਾ, 23 ਮਈ ਨੂੰ, ਕਿ ਕਿਹੜਾ ਕਿੰਨੇ ਪਾਣੀ ਵਿੱਚ। ਸੋ ਇੱਕ ਵਿਖਾਉਂਦੇ ਹਾਂ ਤੁਹਾਨੂੰ ਛੋਟੀ ਜਿਹੀ ਰਿਪੋਰਟ, ਲੁਧਿਆਣੇ ਤੋਂ ਰਵਨੀਤ ਬਿੱਟੂ ਜੀ ਨੇ ਬੱਚਿਆਂ ਦੇ ਨਾਲ ਕੁਝ ਸਮਾਂ ਬਤੀਤ ਕੀਤਾ। ਆਓ ਵੇਖਦੇ ਹਾਂ ਇੱਕ ਰਿਪੋਰਟ। ਰੋਜ਼ਗੜ੍ਹ ਲੁਧਿਆਣਾ ਵਿਖੇ ਸਕੂਲੀ ਬੱਚਿਆਂ ਨੂੰ ਪਾਣੀ ਬਚਾਓ, ਰੁੱਖ ਲਗਾਓ ਤੇ ਬਿਜਲੀ ਬਚਾਓ ਪ੍ਰਤੀ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਐਮ ਪੀ ਦੀ ਚੋਣ ਲੜ ਰਹੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਸੀਨੀਅਰ ਪੱਤਰਕਾਰ ਅਵਤਾਰ ਅਨੰਦਪੁਰੀ ਨਾਲ ਜਾਣਕਾਰੀ ਸਾਂਝੇ ਕਰਦੇ ਕਿਹਾ ਕਿ ਅੱਜ ਲੋੜ ਹੈ ਬੱਚਿਆਂ ਨੂੰ ਰੁੱਖਾਂ ਪ੍ਰਤੀ, ਬਿਜਲੀ ਪ੍ਰਤੀ, ਡੁੱਬਦੇ ਜਾਂਦੇ ਪਾਣੀਆਂ ਪ੍ਰਤੀ ਜਾਗਰੂਕ ਕਰਨ ਦੀ ਅਵੇਅਰਨੈਸ। ਖਾਸ ਤੌਰ 'ਤੇ ਵੀ ਜੋ ਸਾਡੇ ਫੋਰ ਫਾਦਰਸ ਨੇ ਸਾਨੂੰ ਜ਼ਿਆਦਾ ਇਨਵਾਇਰਮੈਂਟ ਦਿੱਤਾ ਸੀ, ਅੱਜ ਅਸੀਂ ਉਹ ਗੁਮਾ ਰਹੇ ਹਾਂ ਅਤੇ ਬੱਚੇ ਸਾਨੂੰ ਇਹ ਗੱਲ ਸਮਝਾ ਰਹੇ ਆ। ਅਤੇ ਆਪਾਂ ਨੂੰ ਸਮਝਣਾ ਚਾਹੀਦਾ ਵੀ ਕਿਸ ਤਰੀਕੇ ਨਾਲ ਬਿਜਲੀ ਬਚਾਉਣੀ ਹੈ, ਕਿਸ ਤਰੀਕੇ ਨਾਲ ਪਲਾਸਟਿਕ ਤੋਂ ਪਰੇ ਰਹਿਣਾ ਹੈ, ਕਿਸ ਤਰੀਕੇ ਨਾਲ ਅਸੀਂ ਦਰੱਖਤ ਆਪਣੇ ਬਚਾਉਣੇ ਆ। ਇਹ ਚੀਜ਼ਾਂ ਲੈ ਕੇ ਇਹ ਜਦੋਂ ਜਾਗਰੂਕ ਨੇ, ਆਪਾਂ ਕਿਉਂ ਨਹੀਂ ਜਾਗਰੂਕ ਹੋ ਸਕਦੇ? ਅਤੇ ਆਉਣ ਵਾਲੇ ਦਿਨਾਂ 'ਚ ਆਪਾਂ ਆਪਣੇ ਬੱਚਿਆਂ ਦੇ ਲਈ, ਆਪਣੇ ਅੱਗੇ ਜਨਰੇਸ਼ਨਸ ਲਈ ਬੜੀ ਵੱਡੀਆਂ ਪ੍ਰੋਬਲਮਸ ਕ੍ਰੀਏਟ ਕਰ ਰਹੇ ਹਾਂ। ਇੱਕ ਪਲਾਸਟਿਕ ਆ ਸਾਰਾ ਚੋਕ ਕਰ ਦਿੰਦਾ ਇਹ ਸੀਵਰੇਜ, ਅਤੇ ਕਿਸ ਤਰੀਕੇ ਨਾਲ ਜਿਹੜੇ ਪੇੜ ਨੇ ਜਦੋਂ ਕੱਟ ਕੱਟ ਅਸੀਂ ਪੋਲਿਊਸ਼ਨ ਕਰ ਰਹੇ ਹਾਂ। ਅਤੇ ਇਹਨਾਂ ਨੇ ਖਾਸ ਤੌਰ 'ਤੇ ਬਿਜਲੀ ਦੀ ਗੱਲ ਕੀਤੀ ਆ, ਸੂਰਜ ਕਿੰਨਾ ਹੈ, ਕਿੱਡੀ ਵੱਡੀ ਇਹਦੀ ਦੇਣ ਆ, ਅਤੇ ਇਸ ਕਰਕੇ ਉਸ ਤੋਂ ਬਚਿਆ ਜਾਵੇ। ਵੱਡੇ ਵੱਡੇ ਪਲਾਂਟ ਚੱਲ ਰਹੇ ਨੇ ਬਿਜਲੀ ਦੇ ਅਤੇ ਉਹ ਕਿੰਨੀ ਪੋਲਿਊਸ਼ਨ ਕਰ ਰਹੇ। ਸਾਰੀਆਂ ਚੀਜ਼ਾਂ ਜਦੋਂ ਬੱਚਿਆਂ ਨੂੰ ਇਹ ਪਤਾ ਹੈ ਤਾਂ ਸਾਨੂੰ ਕਿਉਂ ਨਹੀਂ ਸਮਝ ਇਹ ਗੱਲ ਦੀ, ਅਸੀਂ ਕਿਉਂ ਨਹੀਂ ਚੇਂਜ ਹੁੰਦੇ? ਹੋਣਾ ਪਊਗਾ। ਅੱਜ ਬੱਚੇ ਇਹ ਗੱਲ ਸਾਨੂੰ ਕਹਿ ਰਹੇ ਨੇ ਅਤੇ ਮੈਂ ਸਮਝਦਾ ਜ਼ਰੂਰ ਇਸ ਗੱਲ ਦਾ ਇੰਪੈਕਟ, ਜ਼ਰੂਰ ਇਸ ਗੱਲ ਦਾ ਅਸਰ ਆ ਜਿਹੜਾ ਉਹ ਸਮਾਜ 'ਤੇ ਪਏਗਾ। ਵੋਟਾਂ ਸੰਬੰਧੀ ਪੁੱਛੇ ਗਏ ਸਵਾਲ 'ਤੇ ਉਹਨਾਂ ਕਿਹਾ ਕਿ ਵੋਟਰਾਂ ਦਾ ਪੂਰਾ ਸਾਥ ਮੇਰੇ ਨਾਲ ਹੈ ਅਤੇ ਪਰਮਾਤਮਾ 'ਤੇ ਮੈਨੂੰ ਯਕੀਨ ਹੈ ਫਤਿਹ ਮਿਲੇਗੀ। MLA ਭਾਰਤ ਭੂਸ਼ਣ ਆਸ਼ੂ ਨੇ ਵੀ ਅਵਤਾਰ ਅਨੰਦਪੁਰੀ ਨਾਲ ਜਾਣਕਾਰੀ ਸਾਂਝੀ ਕਰਦੇ ਬਿੱਟੂ ਦੀ ਜਿੱਤ ਦਾ ਦਾਅਵਾ ਕੀਤਾ। ਸਾਡੇ ਏਰੀਏ ਚੜ੍ਹਦੀ ਕਲਾ 'ਚ ਹੈ, ਜਿਵੇਂ ਅਸੀਂ ਤੁਹਾਨੂੰ ਇੰਟਰਵਿਊ ਦੇ ਰਹੇ ਹਾਂ, ਪੂਰੀ ਚੜ੍ਹਦੀ ਕਲਾ 'ਚ ਇਸ ਤਰੀਕੇ ਕੰਪੇਨ ਵੀ ਔਰ ਬਿੱਟੂ ਜੀ ਦੀ ਸਪੋਰਟ ਵੀ, ਸਾਰੇ ਲੋਕ, ਸਾਡੇ ਵਰਕਰ ਸਭ ਚੜ੍ਹਦੀ ਕਲਾ 'ਚ ਨੇ ਅਤੇ ਉਮੀਦ ਹੈ ਪਰਮਾਤਮਾ ਮਿਹਰ ਕਰੇਗਾ ਤਾਂ ਰਿਜ਼ਲਟ ਬਹੁਤ ਸ਼ਾਨਦਾਰ ਆਏਗਾ। ਕੋਈ ਵੀ ਨਾਰਾਜ਼ ਨਹੀਂ, ਸਾਰੇ ਜਿੰਦ ਜਾਨ ਨਾਲ ਲੱਗੇ ਹੋਏ ਆ, ਕੋਈ ਇਹੋ ਜਿਹਾ ਬੰਦਾ ਨਹੀਂ ਹੈ। ਅਸੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਵੀ ਸਾਡੇ 'ਤੇ ਮਿਹਰ ਕਰੇ, ਮਿਹਨਤ ਕਰਾਂਗੇ, ਅੱਗੇ ਜੋ ਮਿਲੇਗਾ ਉਹ ਉਹਨੂੰ ਕਬੂਲ ਕਰਾਂਗੇ। ਇਸ ਮੌਕੇ ਸਕੂਲ ਪ੍ਰਿੰਸੀਪਲ, ਟੀਚਰ ਸਾਹਿਬਾਨ ਤੋਂ ਇਲਾਵਾ ਜਤਿੰਦਰ ਸਿੰਘ, ਗੁਰਦੀਪ ਸਿੰਘ, ਚੱਕ ਸਰਵਨਨਾਥ ਤੇ ਹੋਰ ਵੀ ਕਈ ਨਾਮੀ ਸ਼ਖਸੀਅਤਾਂ ਮੌਜੂਦ ਰਹੀਆਂ। ਲੁਧਿਆਣਾ ਤੋਂ ਅਵਤਾਰ ਅਨੰਦਪੁਰੀ ਦੇ ਨਾਲ ਦਿਵਿਆ ਦੀ ਰਿਪੋਰਟ, ਪੰਜਾਬੀ ਟੱਚ ਟੀ ਵੀ।